ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਕੇਰਲ ਚ ਪ੍ਰਾਰਥਨਾ ਸਭਾ ਦੇ ਦੌਰਾਨ ਤਿੰਨ ਧਮਾਕੇ ਇੱਕ ਮਹਿਲਾ ਦੀ ਮੌਤ 25 ਜ਼ਖਮੀ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੇਰਲ ਦੇ ਇੱਕ ਨਾਕ ਮੂਲ ਦੇ ਵਿੱਚ ਐਤਵਾਰ ਨੂੰ ਇੱਕ ਕਨਵੈਕਸ਼ਨ ਸੈਂਟਰ ਦੇ ਵਿੱਚ ਤਿੰਨ ਧਮਾਕੇ ਹੋਈ ਇਸ ਘਟਨਾ ਚ ਇੱਕ ਔਰ ਦੀ ਮੌਤ ਹੋ ਗਈ ਜਦਕਿ ਵੀ ਲੋਕ ਜ਼ਖਮੀ ਦਸਤੇ ਜਾ ਰਹੇ ਨੇ खबर मुताबिक कलास मसेरी दे स्थित कन्वेंशन सेंटर से सवेरे साढ़े नौ बजे करीब दो हज़ार लोग प्रार्थना कर रहे सन इस दौरान छे मिनट के अंदर ही लगातार तीन धमाके हुए ਯੋਵਾ ਦੇ ਗਵਾਹਾਂ ਦੇ ਸੰਗਠਨ ਦੇ ਸਥਾਨਕ ਬੁਲਾਰੇ ਟੀਏ ਸ਼੍ਰੀ ਕੁਮਾਰ ਨੇ ਕਿਹਾ ਕਿ ਕਨਵੈਨਸ਼ਨ ਹਾਲ ਦੇ ਵਿੱਚ ਰਾਤ ਨੂੰ 45 ਵਜੇ ਤਿੰਨ tMapਕੇ ਹੋਏ ਇਹ tMapਕੇ ਪਰਨਾਥਨਾ ਸਮਾਪਤ ਹੋਮ ਦੇ ਕੁਝ ਸਕਿੰਟਾਂ ਦੇ ਅੰਦਰ ਹੋਏ ਪਹਿਲਾ tMapਕਾ ਹਾਲ ਹੀ ਦੇ ਵਿੱਚ ਘਾਰ ਹੋਇਆ ਕੁਝ ਸਕਿੰਟਾਂ ਬਾਅਦ ਹਾਲ ਦੇ ਦੂਜੇ ਪਾਸੇ ਦੋ ਹੋਰ tMapਕੇ ਹੋਏ ਇਹ ਜਿੱਥੇ ਏਰਨਾਕਾ ਮੂਲ ਦੇ ਵਿੱਚ tMapਕਾ ਹੋਇਆ ਇਸ ਦੇ ਆਲੇ ਦੁਆਲੇ ਯਹੂਦੀ ਭਾਈਚਾਰੇ ਦੇ ਲੋਕ ਰੈਂਦੇ ਸਨ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ